ना इदा बैठी मत्थी ते हथ रख के कोई ना कोई ला स्कीम स्कूम अमृत नूं घरों बाहर कलाईए फिर ही साडा काम होना वा। ना मैं एडी चादर हुंदी ते कबीरदारी मेरे हाथ च ना आउंदी मैं की बहाना लावां मैं तो कोई बहाना सुझण भी नहीं दिया। कोई ना कोई तो बहाना लाएंगे फिर ही साडा काम बनना वा ओदा नहीं गल बननी। हाँ सच बहाना ये चल सकता वा भूआ नूं साल हो गया सूट दित्ते नूं इदा ही नहीं मम्मी नूं भी सूट बना के दे आओ फसल वाड़ी आई आ नाले भूआ नाराज होगी। तेरी गल भी सैनी है नाले भूआ का जो अखा का ऑपरेशन होया ना मुड़के एक बार नहीं पता लगा मुड़के याद नहीं होया तो नाले ऐसे बहाने ना मम्मी नूं मिल गया होंगे तो नाले सूट दे आओगे। यो तो फिर गल आ जदों दिया कुड़ी दे हाथ च पैसे आए ना उदों तो भूआ नूं चज्ज दा सूट भी नहीं बना के देईदा। अगे जदों मेरा विआह होया सी ना मम्मी आंटी 5-5 हज़ार का सूट बना के दिंदी आंटी साल बाद ते देना वा। वो चल कोई नहीं हूँ तू इदा कर मम्मी से अमृत बाहर ही बैठी है तो जा मम्मी तू कह कि मम्मी जाओ भूआ जी मिल आओ उन्हें आखना चंगे मेरे पेठे मुड़ के वड़िया कोई नहीं एक बार पता लग गई मेरा कहनी हाँ जो मन जान की तो फिर ही है ना वो मन जाना मम्मी ने तेन अभी मम्मी का भलेखा नहीं लागे बैठी हो चल उन्हें भी आखना 5-8 सौ का सूट ही यार ना मम्मी अगर थोड़ी बोलना ज्यादा तू लगता भी मम्मी 5-4 सौ का लाऊगी वो तू कह तो सही बाकी फिर वेखी जाऊ जो लैना जिदा का लैना लै लगे जा जा ਕੀ ਵੇਖਣ ਡਈ ਅਮਰ ਕੁਛ ਨਹੀਂ ਮੰਮੀ ਉਦਾਂ ਹੀ ਵੀਡੀਓ ਹੋਈ ਵੇਖ ਕਿੱਦਾਂ ਮੈਡਮ ਫੋਨ 'ਤੇ ਲੱਗੀ ਆ ਸਾਰੀ ਦਿਹਾੜੀ ਰੀਲਾਂ ਵੇਂਹਦੀ ਰਹਿੰਦੀ ਆ ਕਿੱਦਾਂ ਨਵਾਂ ਨਕੋਲ ਸੂਟ ਪਾਇਆ ਵਾ ਆਪ ਤਾਂ ਜਿੱਦਾਂ ਜੰਜ ਜਾਣਨਾ ਹੁੰਦਾ ਵਾ ਅਤੇ ਸਾਡੇ ਵੇਖ ਲਓ ਕਢਾਈਆਂ ਵਾਲੇ ਕਦੇ ਸੂਟ ਪਾਏ ਹੁੰਦੇ ਵੇਖ ਕਿੱਦਾਂ ਜੈਕਟ ਪਾਈ ਆ ਕਿੱਡੀ ਮਹਿੰਗੀ ਤੇ ਆਈ ਆ ਤਾਂ ਵੇਖਿਆ ਕਰ ਪੁੱਤ ਐਦਾਂ ਨਿਗਾਹ 'ਤੇ ਅਸਰ ਪੈ ਜਾਣਾ ਤੇਰਾ ਕੁਝ ਨਹੀਂ ਕੁਝ ਨਹੀਂ ਕਿਉਂ ਨਹੀਂ ਹੁੰਦਾ ਬੈਠੇ ਮੰਮੀ ਬੈਠੇ ਪੁੱਤ ਆ ਜਾ ਤੂੰ ਵੀ ਬਹਿ ਜਾ ਮੰਮੀ ਬਹਿਣਾ ਕੀ ਆ ਕਿਉਂ ਕੰਮ ਕਰ ਲਿਆ ਸਵੇਰੇ ਸਾਰਾ ਕੰਮ ਸਾਰਾ ਹੋ ਗਿਆ ਵਾ ਹਾਂ ਮੇਰਾ ਪੁੱਤ ਥੱਕ ਜਾਂਦਾ ਸਾਰਾ ਇਕੱਲਾ ਕੰਮ ਕਰ ਕਰਕੇ ਮੰਮੀ ਚੱਲ ਕੋਈ ਗੱਲ ਨਹੀਂ ਕੰਮ ਤਾਂ ਕਰਨਾ ਹੀ ਇਹਨਾਂ ਨੂੰ ਧੁੱਪ ਵੀ ਚੱਲ ਗਈ ਆ ਹੁਣ ਚਲੋ ਹੁਣ ਫਿਰ ਕੀ ਕਰਨਾ ਤੇ ਮੇਰੀ ਗੱਲ ਸੁਣੋ ਮੈਂ ਸੋਚਣ ਡਈ ਕਿ ਭੂਆ ਕੋਈ ਹੋ ਆਉ ਸਾਲ ਹੀ ਹੋ ਗਿਆ ਗਿਆ ਨੂੰ ਜਦੋਂ ਦੀ ਭੂਆ ਨੇ ਅੱਖਾਂ ਬਣਾਈਆਂ ਜਾਇਆ ਹੀ ਨਹੀਂ ਗਿਆ ਉਹ ਹੀ ਤੇ ਉਦੋਂ ਹੀ ਜਿਹੜਾ ਇੱਕ ਵਾਰ ਹੋ ਆਏ ਮੁੜ ਕੇ ਕਿੱਥੇ ਜਾਇਆ ਗਿਆ ਵਾ ਭੂਆ ਵੀ ਨਾਰਾਜ਼ ਹੁੰਦੀ ਹੋਣੀ ਪਤਾ ਤਾਂ ਹੈ ਭੂਆ ਦੇ ਸੁਭਾਅ ਦਾ ਕਿੱਥੇ ਉਹਦੇ ਕੋਲ ਬੱਸੇ ਵੀ ਨਹੀਂ ਹੁਣ ਚੜਿਆ ਜਾਂਦਾ ਹੋਣਾ ਮੈਂ ਤਾਂ ਬਥੇਰਾ ਡੈਡੀ ਜਾਂਦੇ ਕਈ ਵੇਲੇ ਹੋਣੇ ਫਿਰ ਇੱਕ ਵਾਰ ਜਾ ਕੇ ਉਹ ਮੰਮੀ ਭੂਆ ਦੇ ਵਿਚਾਰੀ ਛਾਲਾ ਮਾਰਦੀ ਹੋਣੀ ਆ ਉਹਦੇ ਨਿਆਣੇ ਨਹੀਂ ਚੜ ਦਿੰਦੇ ਹੋਣੇ ਬੱਸੇ ਪਤਾ ਹੀ ਆ ਪਰ ਆਪ ਨਿਆਣੇ ਕਿੰਨਾ ਧਿਆਨ ਰੱਖਦੇ ਆ ਆਪਣੇ ਵਾਂਗੂ ਹੀ ਆ ਹਾਂਜੀ ਤੇ ਹੁਣ ਨਿਗਾਹ ਬਣਾਉਣ ਕਰਕੇ ਸਗੋਂ ਜ਼ਿਆਦਾ ਉਹਦੀ ਹੁਣ ਪਰਹੇਜ਼ ਹੋ ਗਿਆ ਹੁਣ ਹੋ ਗਿਆ ਤੇ ਤੁਸੀਂ ਜਾਣਾ ਤਾਂ ਹੈ ਹੀ ਆ ਡੈਡੀ ਦੇ ਨਾਲ ਤੇ ਹੁਣ ਖਾਲੀ ਹੱਥੀ ਨਾ ਜਾਇਓ ਹੁਣ ਸਾਲ ਹੀ ਹੋ ਗਿਆ ਸੂਟ ਵੀ ਬਣਾ ਕੇ ਦਿੱਤੇ ਨੂੰ ਇੱਦਾਂ ਕਰੋ ਸੂਟ ਲੈ ਜਾਓ ਤੁਹਾਨੂੰ ਲੋਹੜੀ 'ਤੇ ਨਾ ਦੇਵਾਂਗੇ ਪਹਿਲਾਂ ਲੈ ਜਾ ਫਿਰ ਚਲੋ ਮੰਮੀ ਕੋਈ ਨਹੀਂ ਲੋਹੜੀ 'ਤੇ ਬੜੀ ਠੰਡ ਹੋ ਜਾਣੀ ਮੁੜ ਕੇ ਕੀਤਾ ਜਾਇਆ ਜਾਣਾ ਕਿ ਨਹੀਂ ਫਿਰ ਹਾਂ ਤੇ ਸੂਟ ਬਣਾ ਲਿਓ ਤੁਸੀਂ ਚੱਲ ਜਾਓ ਹੈ ਇੱਦਾਂ ਹੀ ਕਰ ਲੈਂਦੇ ਹਾਂ ਫਿਰ ਬਣਾ ਲਿਆਉਂਦੇ ਹਾਂ ਸੂਟ ਅੱਗੇ ਕਿਤੇ ਕਿੰਨੇ ਸੂਟ ਦੇਈਦੇ ਸੀ ਕੋਈ 2000 ਦਾ ਕੋਈ 5000 ਦਾ ਆਪਣੇ ਹੱਥ ਵਸ ਗੱਲ ਹੁੰਦੀ ਸਾਰੀ ਬਥੇਰਾ ਕਰੀਦਾ ਸੀਗਾ ਤੇ ਕੋਈ ਨਹੀਂ ਹੁਣ ਵੀ ਜਿੰਨੇ ਜੋਗੇ ਹੈਗੇ ਆ ਨਾ ਕਰ ਲੈਂਦੇ ਹਾਂ ਤੇ ਇਹੋ ਤਾਂ ਤੇ ਮੰਮੀ ਮੈਂ ਕਹਿਣ ਡਈ ਆ ਹੁਣ ਜਿੱਦਾਂ ਸਾਲ ਹੋ ਗਿਆ ਅੱਖਾਂ ਬਣਾਈਆਂ ਨੂੰ ਤੇ ਭੂਆ ਨੇ ਕਹਿਣਾ ਮੁੜ ਕੇ ਫੇਰ ਹੀ ਨਹੀਂ ਮਾਰਿਆ ਇਹਨਾਂ ਨੂੰ ਪਤਾ ਵੀ ਘਰੋਂ ਨਹੀਂ ਮੁੜ ਕੇ ਨਿਕਲਿਆ ਜਾਂਦਾ ਸਾਰਿਆਂ ਨੂੰ ਪੇਕਿਆਂ ਦੀ ਆਸ ਹੁੰਦੀ ਆ ਕਿ ਜਿੱਦਾਂ ਸਾਨੂੰ ਆਸ ਵਾ ਜਿੱਦਾਂ ਤੁਹਾਨੂੰ ਆ ਇਦਾਂ ਹੀ ਭੂਆ ਨੂੰ ਆ ਇਦਾਂ ਹੀ ਆ ਕੋਈ ਨਹੀਂ ਪੁੱਤ ਤੇਰੀ ਗੱਲ ਬਹੁਤ ਸਿਆਣੀ ਆ ਸਹੀ ਆ ਦੀਦੀ ਤੁਹਾਨੂੰ ਖਰਚਾ ਤੋਂ ਸਵਾ ਕੋਈ ਗੱਲ ਨਹੀਂ ਹੁੰਦੀ ਹੈਗੀ ਹਰ ਵਾਰ ਸੂਟ ਹੀ ਸੂਟ ਸੂਟ ਹੀ ਸੂਟ ਪਹਿਲਾਂ ਤੁਸੀਂ ਆਪਣੇ ਸੂਟ ਕਹਿੰਦੇ ਹੀ ਬਣਾਉਣੇ ਆ ਹੁਣ ਤੁਸੀਂ ਭੂਆ ਦੇ ਸੂਟਾਂ 'ਤੇ ਆ ਗਏ ਜੇ ਨਾਲੇ ਦੀਦੀ ਜੇ ਇੰਨੇ ਸੂਟ ਦੇਣ ਦਾ ਚਾਹ ਵਾ ਨਾ ਤਾਂ ਆਪਣੀ ਕਮਾਈ ਕਰੋ ਤਾਂ ਸੂਟ ਦਿਓ ਮੈਂ ਨਹੀਂ ਰੋਕਦੀ ਠੀਕ ਆ ਨਾ ਇੱਥੇ ਆ ਕੇ ਮੇਰੇ ਕੰਨ ਨਾ ਖਾਇਆ ਕਰੋ ਕਿ ਸੂਟ ਚਾਹੀਦੇ ਕਹਿਣ ਤੁਸੀਂ ਮੰਮੀ ਨੂੰ ਡੇ ਜੇ ਅਤੇ ਸੁਣਾਉਣ ਤੁਸੀਂ ਮੈਨੂੰ ਡੇ ਜੇ ਮਤ ਗੱਲ ਤਾਂ ਸੁਣ ਲੈ ਪੁੱਤ ਪਹਿਲਾਂ ਨਹੀਂ ਮੰਮੀ ਕੀ ਗੱਲ ਸੁਣਾ ਮੈਂ ਤੁਹਾਡੀ ਤੁਸੀਂ ਰੋਜ਼ ਨਵੇਂ ਤੋਂ ਨਵਾਂ ਖਰਚਾ ਪਾ ਛੱਡਦੇ ਜੇ ਤੁਸੀਂ ਅੱਗੇ ਰਾਜੇ ਮਹਾਰਾਜੇ ਜੇ ਕਿ ਜਿੱਥੇ ਤੁਸੀਂ ਜਾਣਾ ਤੁਸੀਂ ਉੱਥੇ ਸੂਟ ਲੈ ਕੇ ਜਾਓ ਨਵੇਂ ਤੁਹਾਨੂੰ ਉੱਥੇ ਮਾਸਾ ਦਰਸ ਨਹੀਂ ਆਉਂਦਾ ਉਹ ਵੀ ਤਾਂ ਤੁਹਾਡਾ ਮੁੰਡਾ ਹੀ ਆ ਜਿਹੜਾ ਦਿਨ ਰਾਤ ਉੱਥੇ ਕਮਾਈਆਂ ਕਰਨ ਡਿਆ ਵਾ ਇੱਕ ਤਾਂ ਉੱਥੋਂ ਦੀਦੀ ਹੈ ਜਿਹੜੀ ਸੁਨਾਹ ਲੈ ਕੇ ਆ ਜਾਂਦੀ ਆ ਨਾ ਮੈਂ ਕੀ ਮਾੜਾ ਕਹਿਤਾ ਅੰਮ੍ਰਿਤ ਉਹ ਵੀ ਇਹ ਕਰ ਦਿੱਤੀ ਆ ਉਹਦਾ ਕੋਈ ਹੱਕ ਨਹੀਂ ਬਣਦਾ ਨਹੀਂ ਕੀ ਗੱਲ ਆ ਉਹਦੀਆਂ ਨੂੰਹਾਂ ਨੂੰ ਸੂਟ ਨਹੀਂ ਬਣਾ ਕੇ ਦਿੰਦੀਆਂ ਹੈਗੀਆਂ ਜਿਹੜੇ ਤੁਸੀਂ ਬਣਾ ਕੇ ਦੇਣੇ ਆ ਪੁੱਤ ਉਹ ਸਾਡੇ ਸੂਟਾਂ 'ਤੇ ਨਹੀਂ ਆਈ ਉਹ ਸੂਟ ਇੱਕ ਲਾਉਂਦੀ ਅਤੇ ਇੱਕ ਪਾਉਂਦੀ ਆ ਅਸੀਂ ਤਾਂ ਸਿਰਫ ਇੱਕ ਮਾਣ ਸਤਿਕਾਰ ਨਾਲ ਹੀ ਜਾਣਾ ਉਹਦੇ ਕੋਲ ਸੂਟ ਲੈ ਕੇ ਜ਼ਿਆਦਾ ਮਹਿੰਗਾ ਨਾ ਲਵਾਂਗੇ ਸਸਤਾ ਸੂਟ ਲੈ ਲਾਂਗੇ ਜ਼ਰਾ ਕੁ ਜਿਹੜਾ ਉਹ ਘਰ ਪਾ ਕੇ ਹੰਢਾ ਲੂਗੀ ਜ਼ਰੂਰੀ ਨਹੀਂ ਅਸੀਂ ਜਾ ਰਹੇ ਦੇ ਸੂਟ ਲੈਣੇ ਆ ਅਸੀਂ 600-700 ਤੱਕ ਵੀ ਸੂਟ ਕੋਈ ਲੈ ਸਕਦੇ ਹਾਂ ਸਟਾਰਟ
है नहीं मम्मी मेरे को पैसे सूट दान करन जोगे। चल अमृत इदा कर तू मम्मी दे नाल चल जा, जेड़ा तेनू पसंद आऊगा वह ले आई, ना तेरे मन च मेरा हिरख रहूगा। पर दीदी पर पुत की आप चलिए दोवें जनिया मामा धीया सूट लैन, जेड़ा तेन पसंद लगू वह लली। यह भी महंगे सस्ते का भी तेन पता लग जूगा भी दुकाना तो की मिलता अजकल, इन्हें यह होगा भी तेरी भूआ कितने होगा ना भरूगी। चलो ठीक है मम्मी जो तुम बहुत ही कहने जे ठीक है, पर मैं 600 तो वो सूट नहीं लिया के देना। पुत मेरी गल सुन 600 की कोई मोहर लग गई आ, कई बार सूट लैन जाइए ना पसंद आना हो रेट थोड़ा बहुत घट वध भी जाता हों वा, तो कोई गल नहीं गी जो दान गाड़ी बन्ना नहीं डाई का हों चंगा लगेगा तो वध भी 150 खर्च लेंगे तो तभी कोई नहीं मेरा पुत। चलो कोई गल नहीं बैठो तुम मैं पैसे लैके आवा। चल लै मेरा पुत फिर मैं भी जुत्ती पाव चल चली गई। फिर बलजीत गल सुन मेरी, मैं नहीं भी की साड़ी माते पड़दा पै गया वा, की साडा पुट्ठा चक्करी दिमाग चल गया वा जी इनू जिम्मेवारी आप देती अमृत को, इनू तो कितने बोलन का ही नहीं पता भी किदा बोलना वा। मम्मी इन्हें नहीं गाँव कि मिलना वरतना, इन्ना शुगर है साड़ी कोई ननान नहीं हैगी, तो हूँ जे इन सूट की गल की तो किदा ही बोलती आ कि मैं लियानी पैसे मैं इन्ना महंगा नहीं लैना मैं इन्ना लैना वा, दस सस नाल इदा गल् करी दी वधा चढ़ा चढ़ा के। यो तो फिर मम्मी गल वा सिर्फ कमाई वो नहीं कर दिया इतने फिर भीर भी तो करनी सारे कर दे जिन्ने जोगे है। मैं तो नहीं भी वह गल हुई भी मूँह लाई तो सिर न आई गल तो मम्मी ताकि ठीक है, मेरा सैट भी ये कोल ही आ बारे बकदी नहीं हूँ। कोई नहीं सैट ये कोल तो सू पता ये कोल ही आ सैट तेरा कि नहीं गा जाना। मम्मी सूट लैन तो तुम जाना ही है, इदा करो मेरे बूट भी लाओ मेरी हड्डियां बड़िया पार्टियां दुखा रही। वो तो सूट न महा मनी आ कह के वेख लूँगी उदा मैं, तो जे ना मनूगी तो फिर कोई नहीं दुध पैसे आ जाने। चलो फिर ठीक है दुध वाले पैसों चो लै आवे फिर की करना, होर पंजा चौवे दिन दुध पैसे मिल जाने उन्होंने दिन लिया देंगे कोई गल नहीं। चल आ ही गई है अमृत हो गए। चलो चलिए मम्मी चल पुत ले पैसे। हाँ जी ले लें। अच्छा मेरी गल सुनो। हाँ बन गई जी गल चल गई चल गई चल गई। चल अभी चंगा होया गल्ला तो बड़िया ने तेन वध घट की पर चल कोई नहीं अपना काम फिर ही बनना ये घरों जाती जी। अगे कि अज कई नवी गल अगे कि घर की घट वा कोई गल नहीं अच्छे चलो खेलिए एक मिनट। चल हम इदा कर पी तू जिते कि चाबी उन्हें रखी ना चाबी लग के लिया ते मैं बाहर ध्यान रखदा वा कि डैडी भी ना आ जाए। चल बत्ती जगा ते तू अंदर फोल चंगी तरह ते मैं बाहर दा ध्यान रखदा वा। हुण ध्यान नहीं रख लो मैनू फिर साफ सोना दियो। ओ नहीं क्यों तू छेती कर मेरा ध्यान बाहर ही है। हुण बम्बी बम्बी ते ना चल जा। ओ नहीं जांदा तू सुमारी फोल चाबी नहीं लगन दी हूं छेती कर ला आजूगा कोई। हाय मैं तो पता नहीं लगन दे चाबी केड़ी लगनी है। ओ जड़ी लगदी दोवां चो ला के वेख ला इन्ना टाइम थोड़ी लाई जा। हाय लगी लगी मेरी गल सुनो बड़ा डब्बा तो लभन नहीं गया की पता उन्हें निके जहा रखा वेख ला कि पता नहीं की यार। हाय आ तो अमृत का सैट वा उन्हें इस क्यों रखा वा हूँ मैनू की पता तो मेरा सैट तो ये है ही नहीं गा। वो तू अपना लभ दवा दा पहला छेती कर ला जा स्यापा पेड़ पीना भी नवा जो ना कोई चोरी चूरी करनी हो ना उस चीज की समझ भी नहीं आ चाबी में चेहरा जे चाबी कर ला चाबी आ गई लॉक हूं दवा दवा आ जा छेती आ जा हूं इदा कर इन सामभ ला कि घर के रख ला उन्होंने पिसकना पै जाए कि मैं कि रखा जे मैं इन्नी जोगी होंगी तो मैं अपना सैट ना रख दी आ मेरे को नहीं रखे जाना मैनू बड़ा डर हों
ਫਿਰ ਇੱਦਾਂ ਕਰਦੇ ਮੈਂ ਵੀ ਪਿੱਛੇ ਲਗਾਉਣਾ ਵਾ ਸੁਨਿਆਰੇ ਦੀ ਦੁਕਾਨ ਤੇ ਮੈਂ ਰੱਖਾਂ ਵਾ ਵਾਕਫ ਤੇ ਹੈਗਾ ਆਪਣਾ ਮੈਨੂੰ ਨਹੀਂ ਪਤਾ ਪਰ ਉਹਦੀਆਂ ਚਲਾਕੀਆਂ ਵੇਖ ਲਓ ਵੱਡੇ ਡੱਬੇ ਚੋਂ ਕੱਢ ਕੇ ਤੇ ਇਹਦੇ 'ਚ ਵਾੜਿਆ ਵੀ ਕਿਹਨੂੰ ਪਤਾ ਨਾ ਲੱਗ ਜੇ ਚੱਲ ਕੋਈ ਨਹੀਂ ਉਹਦੀਆਂ ਚਲਾਕੀਆਂ ਉਹਨੇ ਮੁਬਾਰਕ ਮੈਂ ਸੁਨਿਆਰ ਨੂੰ ਦੇ ਆਉਣਾ ਵਾ ਤੇ ਉਹਨੂੰ ਕਹਿੰਦੇ ਰੱਖ ਛੱਡ ਤੇ ਜਰੂਰ ਲੋੜ ਹੋ ਵੀ ਲੈ ਜਾਵਾਂਗੇ ਪਰ ਵੀਰ ਆਪਾਂ ਉਹਦੇ ਸੈੱਟ ਨੂੰ ਕੀ ਕਰਨਾ ਸੈੱਟ ਤੇ ਮੇਰਾ ਆਪਣਾ ਚਾਹੀਦਾ ਸੀ ਨਾ ਉਹ ਕੋਹ ਨਾ ਕੋ ਕਰੂਗਾ ਇਹਨਾਂ ਤੂੰ ਚੁੱਪ ਕੀਤੀ ਰਹਿ ਜੋ ਕਬੀਲਦਾਰੀ ਸਾਰੀ ਉਹਨੂੰ ਕੋਹ ਨਾ ਜੇ ਕੱਲ੍ਹ ਨੂੰ ਕੋਈ ਗੱਲਬਾਤ ਹੋ ਗਈ ਤਾਂ ਅਸੀਂ ਤਾਂ ਸਿੱਧਾ ਕਹਾਂਗੇ ਚਾਬੀਆਂ ਤੇਰੇ ਕੋਲ ਵਾ ਮੈਨੂੰ ਨਾ ਵਿੱਚ ਲੈ ਕੇ ਆਇਓ ਮੈਂ ਨਹੀਂ ਜੋ ਵੀ ਕੀਤਾ ਤੁਹਾਡੇ ਕਾਰਨਾਮੇ ਆ ਤੁਸੀਂ ਆ ਨਸ਼ੇ ਦੀ ਦਿੱਤੀ ਆ ਚੱਲ ਠੀਕ ਆ ਚੁੱਪ ਕੀਤੀ ਰਹਿ ਆ ਮੈਂ ਸੁਨੈਲ ਨੂੰ ਦੇ ਕੇ ਆਉਂਦਾ ਚੰਗਾ ਮੰਮੀ ਤੇ ਅਮ੍ਰਿਤ ਗਏ ਆ ਭੂਆ ਦਾ ਸੂਟ ਲੈਣਾ ਤੇ ਭੂਆ ਕੋ ਜਾਣਾ ਵਧਾਈ ਡੰਗ ਚ ਅੱਛਾ ਤੂੰ ਆਹਦੇ ਸੂਟ ਲੈ ਗਈ ਇੱਕ ਤੇ ਘਰ ਬਲਜੀਤ ਘਰ ਵਾ ਹਾਂਜੀ ਅੱਛਾ ਅੱਛਾ ਮੈਂ ਤੇ ਆਪ ਭੋਗ ਤੇ ਜਾਣਾ ਸੀ ਤੂੰ ਕੋਈ ਨੀ ਚੱਲ ਜਾਓ ਤੁਸੀਂ ਭੋਗ ਤੇ ਮੈਂ ਆਈ ਜਾਣਾ ਛੇਤੀ ਤੇ ਜਾ ਭਰਿਆ ਪੱਠੇ ਫਿਰ ਤੂੰ ਆ ਮੈਂ ਬੱਤੀ ਆਉਂਦੀ ਹੋਈ ਤੇ ਮੈਂ ਆਟੋ ਵਾਲੀ ਛੱਡ ਕੇ ਆ ਜਾਂਦਾ ਫਿਰ ਛੱਡ ਕੇ ਆ ਜਾ ਪੱਠੇ ਭਰਿਆ ਤੇ ਮੈਂ ਫਿਰ ਚਲੇ ਜਾਂਦਾ ਭੋਗ ਤੇ ਚਲੋ ਠੀਕ ਹੈ ਤੁਸੀਂ ਬੈਠੋ ਮੈਂ ਉਹਨੇ ਜਿਹਨੂੰ ਮੰਮੀ ਚਲਾ ਕੇ ਆ ਜਾਂਦਾ ਹੋਇਆ ਮੇਰੇ ਪੁੱਤ ਹੋਇਆ ਕੀ ਕਰਦਾ ਮੇਰਾ ਪੁੱਤ ਸੁਨਿਆਰਾ ਮੈਨੂੰ ਏਡੀ ਕਿਹੜੀ ਐਮਰਜੈਂਸੀ ਆ ਗਈ ਕਿ ਤੁਹਾਡੀ ਛੁੱਟੀ ਨੂੰ ਇੱਕਦਮ ਸੋਨੇ ਦਾ ਸੱਚ ਵੇਚ ਕੇ ਗਈ ਹੈ ਉਹ ਤੇਰਾ ਸੀ ਮੈਂ ਕਿਹਾ ਬੁਖਾਰ ਸੀ ਕਿਹੜਾ ਸੈੱਟ ਵਾ ਹਾਏ ਮਾਸਾ ਨੂੰ ਡਰ ਨਹੀਂ ਆਉਂਦਾ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਕਿ ਏਡੀਆਂ ਤੇ ਲੈ ਰਹੀਆਂ ਏਡੀਆਂ ਤੇ ਲੈ ਰਹੀਆਂ ਤੇ ਫਿਰ ਤੂੰ ਕੀ ਕੀਤਾ ਹੁਣ ਮੈਂ ਕੀ ਕਰਨਾ ਸੀ ਮੈਂ ਏਡਾ ਕਰ ਉਹ ਸੈੱਟ ਦੇ ਦੇ ਮੈਂ ਉਹ ਸੈੱਟ ਹੀ ਲੈਣ ਆਇਆ ਵਾਂ ਤੇਰੇ ਕੋਲ ਉਹਦੇ ਵੱਡੇ ਦਾ ਮੈਂ ਦੂਜਾ ਸੈੱਟ ਰੱਖ ਲਾ ਹੁਣ ਤੂੰ ਅੰਮ੍ਰਿਤ ਵਾਲਾ ਦੇ ਆਇਆ ਮੈਂ ਫਿਰ ਅੰਮ੍ਰਿਤ ਵਾਲਾ ਦੇ ਆਇਆ ਉਹਨੂੰ ਤੇ ਮੇਰਾ ਕਿੱਥੇ ਆ ਆਹ ਵੀ ਤੇਰੇ ਵਾਲਾ ਮੈਂ ਉਹਨੂੰ ਹੁਣ ਮਾਤ ਵਲੇਟ ਕੇ ਲੈ ਆਇਆ ਤੇ ਨਾਲ ਹੀ ਹੁਣ ਮੈਂ ਦੱਸ ਆਇਆ ਕਿ ਕੰਨੋ ਕੰਨ ਕਿਸੇ ਨੂੰ ਖਬਰ ਨਾ ਹੁੰਦੀ ਸਾਡੇ ਘਰਦਿਆਂ ਨੂੰ ਕਿ ਇਹ ਸੈੱਟ ਕਿੱਥੇ ਗਿਆ ਤੇ ਕਿੱਥੇ ਨਹੀਂ ਗਿਆ ਆਹ ਵੇਖ ਲਾ ਇਹੋ ਹੀ ਆ ਨਾ ਇਹੋ ਟੋਪ ਸੀ ਨਾਲ ਉਹ ਆਂਦਾ ਸਾਰਾ ਕੁਝ ਵੇਚ ਗਈ ਵੇਲੋ ਲੋਕੀ ਸੱਚ ਹੀ ਕਹਿੰਦੇ ਆ ਨਾ ਹੱਕ ਹਲਾਲ ਦੀ ਕਮਾਈ ਹੋਵੇ ਨਾ ਆਪਣੇ ਕੋਲ ਵਾਪਸ ਆ ਜਾਂਦੀ ਜੇ ਤੂੰ ਏਦਾਂ ਕਰੀ ਇਹਦੀ ਪਿਸ਼ਕ ਨਾ ਕੱਢੀ ਇਹਦੇ ਹੁਣ ਹੱਥ ਨੂੰ ਹੱਥ ਹੀ ਆ ਨਹੀਂ ਹੁਣ ਮੈਂ ਸ਼ਦੈਣ ਵਾ ਵੀ ਆਪਣਾ ਹੱਥ ਮੈਂ ਫੇਰ ਗਵਾਉਂਗੀ